ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਜਿਵੇਂ ਕਿ ਤੁਸੀਂ ਦੂਸਰੀਆਂ ਤਿੰਨ ਵੀਡੀਓ ਆਪਣੀਆਂ ਦੇਖੀਆਂ ਵਾ ਜੋ ਆਪਾਂ ਖੋਸਾ ਪਾਂਡੋ ਜ਼ਿਲ੍ਹਾ ਮੋਗਾ ਪੰਜਾਬ ਦੇ ਵਿੱਚ ਬਣਾਈਆਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਔਰਗੈਨਿਕ ਖੇਤੀ ਹੋ ਰਹੀ ਆ, ਅਤੇ ਇੱਕ ਵੀਡੀਓ ਦੇ ਵਿੱਚ ਆਪਾਂ ਜੀਵ ਅੰਮ੍ਰਿਤ ਦਾ ਜ਼ਿਕਰ ਕੀਤਾ ਜੋ ਬਾਸਮਤੀ ਵਾਲੀ ਵੀਡੀਓ ਆ, ਬਾਸਮਤੀ ਦੇ ਵਿੱਚ ਜੀਵ ਅੰਮ੍ਰਿਤ ਪਾਇਆ ਗਿਆ ਸੀਗਾ, ਅਤੇ ਆਪਾਂ ਉਹਦੇ ਬਾਰੇ ਤੁਹਾਨੂੰ ਖੁੱਲ੍ਹ ਕੇ ਜਾਣਕਾਰੀ ਦੇਵਾਂਗੇ ਵੀ ਉਹ ਕੀ ਆ ਅਤੇ ਕਿਵੇਂ ਤਿਆਰ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਹ ਜੋ ਜੀਵ ਅੰਮ੍ਰਿਤ ਆ ਤੁਸੀਂ ਇਹ ਕਿਵੇਂ ਤਿਆਰ ਕਰਦੇ ਆ ਜੀ? ਜੀਵ ਅੰਮ੍ਰਿਤ ਜੀ, 100 ਲੀਟਰ ਪਾਣੀ ਲੈ ਲੈਣਾ ਜੀ। ਹਾਂਜੀ। ਕੁਆਂਟਲ ਗੋਹਾ ਜੀ। ਹਾਂਜੀ। ਦੇਸੀ ਗਾਂ ਦਾ ਜੀ। ਹਾਂਜੀ। ਅਤੇ ਪਿਸ਼ਾਬ ਲੈ ਲੈਣਾ ਜੀ ਦੇਸੀ ਗਾਂ ਦਾ ਜੀ। ਪਿਸ਼ਾਬ ਕਿੰਨਾ ਜੀ? 90 ਲੀਟਰ ਪਿਸ਼ਾਬ ਜੀ। ਠੀਕ ਹੈ ਜੀ। ਗੁੜ ਲੈ ਲੈਣਾ ਜੀ 10 ਕਿਲੋ ਜੀ। ਠੀਕ ਹੈ ਜੀ। ਬੇਸਣ ਲੈ ਲੈਣਾ ਜੀ 10 ਕਿਲੋ ਜੀ। ਠੀਕ ਹੈ ਜੀ। ਅਤੇ ਅੰਮ੍ਰਿਤ ਮਿੱਟੀ, ਜੋ ਅੰਮ੍ਰਿਤ ਮਿੱਟੀ ਜਿਹੜੀ ਆਪਾਂ ਗਡੋਇਆਂ ਵਾਲੀ ਕਹਿੰਦੇ ਹਾਂ ਮਿੱਟੀ ਜੀ, ਠੀਕ ਹੈ ਜੀ, ਉਹਦਾ ਘੋਲ ਬਣਾ ਲੈਣਾ ਜੀ ਸਾਰੇ ਗਸ ਦਾ ਜੀ। 100 ਲੀਟਰ ਪਾਣੀ ਜੀ। ਠੀਕ ਹੈ ਜੀ। ਸਰਦੀਆਂ 'ਚ ਆਪਾਂ ਇਹ 15 ਦਿਨ ਬਾਅਦ ਛੱਡ ਸਕਦੇ ਹਾਂ। ਠੀਕ ਹੈ ਜੀ। ਫਸਲ ਨੂੰ। ਹਾਂਜੀ। ਅਤੇ ਗਰਮੀਆਂ 'ਚ ਆਪਾਂ ਹਫ਼ਤੇ ਦੇ ਅੰਦਰ ਅੰਦਰ ਛੱਡ ਸਕਦੇ ਹਾਂ ਜੀ। ਅਤੇ ਜਿੰਨਾ ਤੁਸੀਂ ਇਹ ਸਾਨੂੰ ਦੱਸਿਆ ਵੀ ਜੋ ਜੋ ਇਹਦੇ ਵਿੱਚ ਪਾਉਣਾ ਵਾ ਅਤੇ ਜਿੰਨਾ ਵੀ ਇਹ ਮਟੀਰੀਅਲ ਬਣ ਜਾਂਦਾ ਵਾ, ਇਹ ਕਿੰਨੇ ਖੇਤ ਵਿੱਚ ਪਾਉਣਾ ਜੀ? ਇਹ 100-200 ਲੀਟਰ ਪਾਉਣਾ ਜੀ 1 ਏਕੜ 'ਚ। 200 ਲੀਟਰ 1 ਏਕੜ 'ਚ? ਠੀਕ ਹੈ ਜੀ। ਅਤੇ ਬਾਈ ਜੀ, ਆਪਾਂ ਇਹ ਫਸਲ ਦੇ ਵਿੱਚ ਕਿੰਨੇ ਵਾਰ ਪਾ ਸਕਦੇ ਹਾਂ ਜੀ? ਇਹ ਤਾਂ ਫਸਲ ਦੇ ਆਪਣੀ ਦੇ ਡਿਪੈਂਡ ਆ ਜੀ, ਆਪਣੀ ਫਸਲ ਕਿਵੇਂ ਨਰਮ ਆ ਕੇ ਭਾਰੀ ਆ ਜੀ। ਠੀਕ ਹੈ ਜੀ। ਉਸ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੀ। ਠੀਕ ਹੈ ਜੀ। ਅਤੇ ਇਹਦਾ ਫਾਇਦਾ ਕੀ ਹੁੰਦਾ ਜੀ? ਫਾਇਦਾ ਇਹ ਜਿਵੇਂ ਜਿਵੇਂ ਆਪਾਂ ਪਾਉਣੇ ਆ ਜੀ, ਜੜ੍ਹ ਤੋਂ ਲੱਗ ਕੇ। ਹਾਂਜੀ। ਪੌਦੇ ਤੀਕ ਇਹਨੇ ਤਾਕਤ ਦੇਣੀ ਆ ਜੀ। ਠੀਕ ਹੈ ਜੀ। ਫਲ ਲੈਣੇ ਜਿੰਨਾ ਵੀ ਹੋਇਆ ਪੌਦੇ ਦਾ। ਹਾਂਜੀ। ਫਲ ਤਿਆਰ ਕਰਨਾ ਜੀ। ਅਤੇ ਇਹਦੇ ਨਾਲ ਕੋਈ ਕੀਟਨਾਸ਼ਕ ਦੀ ਵੀ ਕੋਈ ਰੋਕਥਾਮ ਹੁੰਦੀ ਹੈ ਜੀ, ਜੋ ਸੁੰਡੀਆਂ ਦੀ ਜਾਂ ਮੱਖੀਆਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੀਟਨਾਸ਼ਕ ਦੀ? ਕੀਟਨਾਸ਼ਕ ਦਾ ਜੋ ਜੜ੍ਹ ਵਾਲਾ ਹੁੰਦਾ ਜੀ ਆਪਣਾ। ਹਾਂਜੀ। ਆਪਾਂ ਕਹਿ ਰਹੀਏ ਜੀ ਕੋਈ ਵੀ ਆਈ ਜਾਣੇ ਇੱਥੇ ਜੜ੍ਹ ਵਾਲਾ ਜੀ। ਹਾਂਜੀ ਹਾਂਜੀ। ਉਹਦੇ ਵਾਸਤੇ ਰੋਕਥਾਮ ਹੈ ਜੀ ਇਹਦੀ। ਠੀਕ ਹੈ ਜੀ। ਅਤੇ ਇਹ ਪਾਉਣ ਦੇ ਨਾਲ ਤਾਂ ਫਿਰ ਖਾਦ ਦੀ ਵੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੋਣੀ ਜੀ? ਹਾਂਜੀ, ਖਾਦ ਦੀ ਜ਼ਰੂਰਤ ਨਹੀਂ, ਖਾਲੀ ਅਸੀਂ ਗੋਹੇ ਦੀ ਵਰਤੋਂ ਕਰਦੇ ਹਾਂ ਜੀ, ਦੇਸੀ ਗੋਹਾ ਜੀ। ਠੀਕ ਹੈ ਜੀ। ਹਾਂਜੀ, ਉਹ ਫਸਲ ਲਾਉਣ ਤੋਂ ਪਹਿਲਾਂ ਵੀ ਪਾ ਦੇਈਦਾ ਜੀ ਅਤੇ ਬਾਅਦ 'ਚ ਵੀ ਪਾਉਣੇ ਆ ਬਰੀਕ ਕਰਕੇ ਜੀ ਖਾਦ। ਹਾਂਜੀ। ਮੁੜ ਕੇ ਮਿੱਟੀ ਲਾ ਦਿੰਦੇ ਰੋਟਾਵੇਟਰ ਦੇ ਨਾਲ। ਠੀਕ ਹੈ ਜੀ। ਜਿਵੇਂ ਜੀ ਬਾਈ ਜੀ, ਇਹ ਤੁਸੀਂ ਇਹ ਬਣਾਇਆ ਹੋਇਆ ਵਾ, ਇਹ ਇੱਕ ਤੁਸੀਂ ਡਿੱਗ ਬਣਾ ਲਿਆ ਵਾ, ਜਿਵੇਂ ਜੇ ਆਮ ਕਿਸਾਨ ਨੇ ਜਾਂ ਛੋਟੇ ਕਿਸਾਨਾਂ ਨੇ ਬਣਾਉਣਾ ਹੋਵੇ, ਘਰੇ ਤਿਆਰ ਕਰਨਾ ਹੋਵੇ, ਤਾਂ ਡਰੰਮ ਦੇ ਵਿੱਚ ਵੀ ਤਿਆਰ ਕਰ ਸਕਦੇ ਕਿ ਨਹੀਂ ਜੀ? ਹਾਂਜੀ, ਇਹਦਾ ਬਿਲਕੁਲ ਸੌਖਾ ਤਰੀਕਾ। ਹਾਂਜੀ। ਕੋਈ ਇਹਦੇ ਬਾਰੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗੀ, ਚਾਹੇ ਆਪਾਂ 100 ਲੀਟਰ 'ਚ ਬਣਾ ਲਓ, ਚਾਹੇ 50 ਲੀਟਰ 'ਚ ਬਣਾ ਲਓ, ਜਿੰਨਾ ਤੁਹਾਨੂੰ ਇਹਦੇ 'ਚ ਰਾਸ਼ਨ ਦੱਸਿਆ ਹੈਗਾ ਆਪਾਂ ਉਸ ਕਪੈਸਿਟੀ ਦੇ ਹਿਸਾਬ ਨਾਲ ਰਾਸ਼ਨ ਉਹ ਵਧਾ ਘਟਾ ਕੇ ਪਾ ਸਕਦੇ ਹਾਂ। ਠੀਕ ਹੈ ਜੀ। ਜੇ ਪਲਾਸਟਿਕ ਦੇ ਡਰੰਮ 2 ਹੈਗੇ ਆ ਤਾਂ 200 ਲੀਟਰ ਤੁਸੀਂ ਕਿੱਲੇ ਦਾ ਬਣਾ ਸਕਦੇ ਹਾਂ। ਠੀਕ ਹੈ ਜੀ। ਉਹਦੇ ਵਿੱਚ ਠੀਕ ਹੈ। ਜੇ ਤੁਹਾਡੇ ਕੋਲ 1 ਡਰੰਮ ਹੈਗਾ ਤੁਸੀਂ 1.5 ਕਿੱਲੇ ਦਾ ਬਣਾ ਲਓ। ਠੀਕ ਹੈ ਜੀ। ਉਹਦੇ ਇਹਦਾ ਕੋਈ ਔਖਾ ਨਹੀਂ ਗਾ, ਇਹਨੂੰ ਸਿਰਫ ਜਦੋਂ ਆਪਾਂ ਪਾ ਦੇਣਾ ਇਹਦੇ ਵਿੱਚ ਗੋਹਾ, ਵੇਸਣ, ਗੁੜ ਤੇ ਉਹ ਜਿਹੜੀ ਮਿੱਟੀ ਤੁਹਾਨੂੰ ਦੱਸਿਆ ਅੰਮ੍ਰਿਤ ਮਿੱਟੀ ਹੈ, ਇਹ ਤਿੰਨੇ ਚਾਰੇ ਚੀਜ਼ਾਂ ਇਕੱਠੀਆਂ ਘੋਲ ਬਣਾ ਬਣਾ ਕੇ ਉਹਨਾਂ ਦਾ ਬਾਲਟੀ ਦੇ ਵਿੱਚ ਉਹ ਪਾਉਣੀਆਂ, ਉਹਨਾਂ ਨੂੰ ਉਵੇਂ ਨਹੀਂ ਪਾਉਣਾ ਗਾ, ਗੁੜ ਜਿਹੜਾ ਉਹ ਵੀ ਘੋਲ ਲੈਣਾ, ਵੇਸਣ ਵੀ ਘੋਲ ਲੈਣਾ। ਠੀਕ ਹੈ ਜੀ। ਘੋਲ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ। ਠੀਕ। ਜਿਹੜਾ ਗੋਹਾ ਪਾਉਣਾ ਉਹਨੂੰ ਵੀ ਚੰਗੀ ਤਰ੍ਹਾਂ ਘੋਲ ਦੇਣਾ ਇਹਦੇ ਵਿੱਚ, ਆਪਾਂ ਡੰਡੇ ਨਾਲ ਘੋਲ ਦਿਓ ਸਾਡਾ, ਚਲੋ ਇਹ ਜਗਾਟ ਲਾਇਆ। ਹਾਂਜੀ। ਸੌਖਾ ਤਰੀਕਾ ਜੇ ਜ਼ਿਮੀਂਦਾਰ ਨੇ ਬਣਾਉਣਾ, ਉਹ ਡੰਡੇ ਨਾਲ ਘੋਲ ਬਣਾ ਲਵੇ ਉਹਦਾ। ਠੀਕ ਹੈ ਜੀ। ਉਹ ਬਣਾ ਕੇ ਜੇ ਗਰਮੀ ਹੈਗੀ ਆ, ਹਾਂਜੀ, ਤਾਂ 8-9 ਦਿਨ ਦੇ ਵਿੱਚ ਉਹਨੂੰ ਆਪਾਂ ਵਰਤ ਸਕਦੇ ਹਾਂ। ਠੀਕ ਹੈ। ਜੇ ਠੰਡ ਆ ਤਾਂ ਉਸ ਹਿਸਾਬ ਨਾਲ 15-15 ਦਿਨ ਦੇ ਵਿੱਚ ਤਿਆਰ ਹੋ ਜਾਂਦਾ। ਠੀਕ ਹੈ ਜੀ। ਹਾਂਜੀ। ਇਹਦੀ ਆਪਾਂ ਬਾਈ ਸਪਰੇਅ ਵੀ ਕਰ ਸਕਦੇ ਹਾਂ ਕਿ ਨਹੀਂ ਜੀ? ਨਹੀਂ, ਸਪਰੇਅ ਨਹੀਂ ਜੀ, ਅਸੀਂ ਕਰਦੇ ਗਏ, ਪਾਣੀ ਦੇ ਨਾਲ ਹੀ ਜ਼ਿਆਦਾ ਇਹਨੂੰ ਛੱਡਦੇ ਹਾਂ ਅਸੀਂ। ਠੀਕ। ਪਾਣੀ ਦੇ ਨਾਲ ਹੀ ਇਹ ਛੱਡਿਆ ਜਾਂਦਾ। ਠੀਕ ਹੈ ਜੀ। ਹਾਂਜੀ। ਅਤੇ ਇੱਕ ਆਪਾਂ ਨਾਲ ਆ ਦੇਖ ਰਹੇ ਹਾਂ ਜੀ, ਇਹ ਜਾਲੀਆਂ ਰੱਖੀਆਂ ਹੋਈਆਂ, ਇਹਦੇ ਵਿੱਚ ਇਹ ਕੀ ਹੈ ਜੀ? ਇਹਦੇ ਵਿੱਚ ਜੀ ਇਹ ਵਰਮੀ ਕੰਬੋਜ ਆ, ਜਿਹੜਾ ਗਡੋਏ ਕਹਿ ਦਿੰਦੇ ਆਪਾਂ ਇਹ। ਹਾਂਜੀ ਹਾਂਜੀ ਹਾਂਜੀ। ਇਹ ਗਡੋਏ ਸਾਡੇ ਰੱਖੇ ਹੈਗੇ ਆ ਜੀ ਇਹਦੇ ਵਿੱਚ, ਤੇ ਉਹ ਪਰਲੇ ਪਾਸਿਓਂ ਦਿਸਣਗੇ ਗਡੋਏ, ਇਹ ਨਵਾਂ ਪਾਇਆ ਹੋਇਆ ਥੋੜ੍ਹੇ ਦਿਨਾਂ ਦਾ, ਇੱਧਰ ਹਜੇ ਆਏ ਨੀਗੇ, ਜਿਵੇਂ ਜਿਵੇਂ ਖਾਈ ਜਾਂਦੇ ਆ ਦੂਸਰੇ ਪਾਸੇ ਨੂੰ ਉਹ ਪਰਲੇ ਪਾਸੇ, ਚਲੋ ਤੁਹਾਨੂੰ ਗਡੋਏ ਦਿਖਾ ਦਿੰਦੇ ਹਾਂ।
ਉਹ ਖਾਦ ਵੀ ਤਿਆਰ ਹੋ ਚੁੱਕੀ ਆ, ਉਹਦੇ ਚੋਂ ਗਡੋਏ ਆ ਜਿਹੜੇ ਉਹ ਦੂਸਰੇ ਪਾਸੇ ਨੂੰ ਤੁਰੇ ਜਾਂਦੇ ਆ, ਇਹਦੇ ਥੱਲੇ ਦੀ ਮੋਰੀਆਂ ਰੱਖੀਆਂ। ਠੀਕ ਹੈ ਜੀ। ਹਾਂਜੀ, ਤੇ ਇਹਨੂੰ ਅਸੀਂ ਜਿਵੇਂ ਦੂਜੇ ਤੀਜੇ ਦਿਨ ਇਹਨੂੰ ਆਪਾਂ ਹਿਲਾਉਣਾ ਹੈਗਾ। ਠੀਕ ਹੈ। ਕਹੀ ਨਾਲ ਰੰਬੇ ਨਾਲ ਇਹਨੂੰ ਵਾੜ ਦੇ ਦੇਣੀ ਆ, ਵਾੜ ਦੇ ਕੇ ਜਿਹੜੀ ਆਹ ਖਾਦ ਆ ਹੁਣ ਇਹਨੂੰ ਉਪਰੋਂ ਉਪਰੋਂ ਲਾਹ ਕੇ ਇੱਧਰ ਅਸੀਂ ਛਾਣ ਲੈਣੀ ਆ। ਇਹ ਬਿਲਕੁਲ ਬਰੀਕ ਹੋ ਜਾਣੀ, ਇਹਨੂੰ ਪੌਦਿਆਂ ਦੇ ਜੜ੍ਹਾਂ 'ਚ ਵੀ ਪਾ ਦੇਣਾ, ਉੱਪਰ ਛਾਣਾ ਦੇਣਾ, ਉੱਪਰ ਆਪਾਂ ਛਿੱਟਾ ਵੀ ਦੇ ਸਕਦੇ ਹਾਂ ਇਹਨੂੰ। ਕੋਈ ਇਹ ਪੌਦੇ ਨੂੰ ਨੁਕਸਾਨ ਨਹੀਂ ਕਰਦੀ, ਸਾੜਦੀ ਨਹੀਂ ਕੋਈ, ਇਹਦਾ ਇਹਨੀਗਾ ਉਹ ਜਿਹਾ। ਇਹ ਤਿਆਰ ਕਰਨ ਦਾ ਤਰੀਕਾ ਕੀ ਹੈ ਜੀ? ਹਾਂਜੀ, ਇਹਦਾ ਤਿਆਰ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਹਾਂ, ਸੌਖਾ ਹੀ ਤਰੀਕਾ। 2 ਜਾਂ 3 ਡੈੱਗ ਬਣਾ ਲਓ ਜਿੰਨੀ ਕੁ ਆਪਣੀ ਆਪਾਂ ਫਸਲ ਤਿਆਰ ਕਰਨੀ ਹੈ। ਠੀਕ ਹੈ ਜੀ। ਉਹਦੇ ਵਿੱਚ ਲਿਆਣ ਕੇ ਆਪਾਂ ਪਸ਼ੂਆਂ ਦਾ ਗੋਬਰ ਪਾ ਦੇਣਾ। ਹਾਂਜੀ। ਅਤੇ ਜਿਹੜੇ ਹੈਗੇ ਇਹ ਗਡੋਏ, ਹਾਂਜੀ, ਇਹ ਆਪਾਂ ਨੂੰ ਲਿਆਉਣੇ ਪੈਂਦੇ ਆ, ਕੁਛ ਥੋੜ੍ਹੇ ਜਿਹੇ ਮਿਲ ਜਾਂਦੇ ਹੈਗੇ, ਜਿਵੇਂ ਯੂਨੀਵਰਸਿਟੀ ਤੋਂ ਲੈ ਲਓ ਜਾਂ ਕੋਈ ਦੁਕਾਨ, ਬਾਬਾ ਜੀ ਨੇ ਸਾਨੂੰ ਲਿਆ ਕੇ ਦਿੱਤੇ ਸੀ ਪਹਿਲੇ ਸਾਲ, ਅਤੇ ਅਸੀਂ ਤਾਂ ਫਿਰ ਉਹਨਾਂ ਤੋਂ ਇਹ ਆਪਦੀ ਆਪ ਹੀ ਗਾਂ ਵਧੀ ਜਾਂਦੇ ਆ। ਠੀਕ ਹੈ ਜੀ। ਉਹਦੇ ਵਿੱਚ ਲਿਆਣ ਕੇ ਅਸੀਂ ਗੋਹਾ ਪਾ ਕੇ ਇਹਨਾਂ ਨੂੰ ਛੱਡ ਦੇਣਾ ਹੈਗਾ। ਹਾਂਜੀ। ਇਹ 2 ਮਹੀਨੇ ਦੇ ਵਿੱਚ, 3 ਮਹੀਨੇ ਦੇ ਵਿੱਚ ਇਹ ਜਿੰਨੀ ਆਪਾਂ ਇਹਨੂੰ ਵੱਧ ਹਿਲਾਵਾਂਗੇ ਉਸ ਤਰੀਕੇ ਦੇ ਨਾਲ ਆਪਾਂ ਵਾਧੇ ਦੇ ਤੌਰ ਇਹ ਖਾਦ ਲੈ ਸਕਦੇ ਹਾਂ। ਬਾਕੀ ਇਹਦੇ ਵਿੱਚੋਂ ਜਿਹੜਾ ਇੱਧਰ ਨਿਕਲਦਾ ਹੈਗਾ ਮਲ ਮੂਤਰ ਪਾਣੀ ਪਾਏ ਤੋਂ, ਉਹ ਇੱਧਰ ਆ ਡਰੰਮ ਸਾਡਾ ਲਾਇਆ ਹੋਇਆ ਹੈਗਾ, ਉਹ ਇੱਧਰ ਆ ਜਾਂਦਾ ਇਹਦੇ ਵਿੱਚ। ਇਹਦੀ ਅਸੀਂ ਗਰੋਥ ਲਈ ਇਹ ਬਹੁਤ ਵਧੀਆ ਚੀਜ਼ ਆ, ਜਿਵੇਂ ਪੌਦੇ ਦੀ ਗਰੋਥ ਰੁਕੀ ਵੀ ਆ, ਇਹ ਗਰੋਥ ਲਈ ਅਸੀਂ ਵਰਤਦੇ ਹਾਂ ਇਹਨੂੰ। ਆਹ ਡਰੰਮ ਆ, ਵੱਡਾ ਡਰੰਮ ਭਰ ਕੇ ਅਸੀਂ ਰੱਖ ਲੈਂਦੇ ਹਾਂ। ਠੀਕ ਹੈ ਜੀ। ਇਹਦੇ 'ਚ ਅਸੀਂ ਇਕੱਠਾ ਕਰੀ ਜਾਂਦੇ ਹਾਂ ਜਦੋਂ ਸਾਨੂੰ ਕੋਈ ਪੌਦੇ ਜਿਵੇਂ ਭਿੰਡੀ ਵਗੈਰਾ ਜਾਂ ਕੋਈ ਗਰੋਥ ਦੀ ਲੋੜ ਹੈ, ਉਹਦੇ ਉੱਪਰ ਅਸੀਂ ਇਹਦਾ ਛਿੜਕਾਅ ਕਰ ਦਿੰਦੇ, ਇਹਦੀ ਅਸੀਂ ਸਪਰੇਅ ਵੀ ਵਰਤ ਲੈਂਦੇ ਹਾਂ। ਠੀਕ ਹੈ ਜੀ। ਹਾਂਜੀ, ਇਹਦੀ ਸਪਰੇਅ ਵਰਤ ਲੈਂਦੇ, ਇਹ ਹੈ ਗਰੋਥ ਲਈ ਆ। ਇਹ ਜਿਹੜਾ ਵਰਮੀ ਕੰਪੋਸਟ ਇਹ ਆ ਜੀ, ਇਹ ਉਹੀ ਆ ਜਿਹੜਾ ਆਪਾਂ ਆਮ ਸੁਣਦੇ ਹਾਂ ਕਿ ਬਹੁਤ ਮਹਿੰਗੀ ਇਹਦੀ ਖਾਦ ਮਿਲਦੀ ਹੈ, ਬਹੁਤ ਮਹਿੰਗਾ ਵਿਕਦਾ ਇਹ। ਹਾਂਜੀ, ਉਹ ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ। ਹਾਂਜੀ, ਉਹ ਜਿਵੇਂ ਹੁਣ ਅਸੀਂ ਤਾਂ ਆਪਦਾ ਤਿਆਰ ਕਰ ਲੈਂਦੇ ਹਾਂ ਇਹ। ਠੀਕ ਹੈ ਜੀ। ਜਿਹੜਾ ਆਪਾਂ ਬਾਹਰੋਂ ਲੈਣਾ ਹੈਗਾ, ਹਾਂਜੀ, ਉਹ ਆਪਾਂ ਨੂੰ ਉਹਦੇ 'ਚ ਇਹ ਭੁਲੇਖਾ ਹੁੰਦਾ ਵੀ ਖਣੀਏ ਕਿੰਨਾ ਕੁ ਔਖਾ ਹੋ ਗਿਆ, ਜਾਂ ਇਹਦੀ ਅਖਿਆਈ ਕਿੰਨੀ ਕੁ ਤਰੀਕਾ ਇਹ ਬਣਾਉਣ ਦਾ ਕੀ ਤਰੀਕਾ ਹੋਊਗਾ। ਹਾਂਜੀ, ਇਹ ਕੋਈ ਐਡਾ ਜ਼ਿਆਦਾ ਨਹੀਂ ਗਾ ਔਖਾ, ਇਕੱਲਾ ਆਪਾਂ ਪਸ਼ੂਆਂ ਦਾ ਗੋਹਾ ਪਾਉਣਾ, ਕੋਈ ਗਾਵਾਂ ਦਾ ਗੋਹਾ ਜ਼ਰੂਰੀ ਨਹੀਂ ਗਾ, ਜਿਹੜਾ ਗੋਹਾ ਮਰਜ਼ੀ ਇਹਦੇ 'ਚ ਪਾ ਲਓ। ਗਡੋਏ ਲਿਆਣ ਕੇ ਤੁਸੀਂ ਥੋੜ੍ਹੇ ਜਿਹੇ ਛੱਡਣੇ ਆ, ਬਸ ਉਹ 15-20 ਦਿਨ ਦੇ ਵਿੱਚ ਮੇਰਾ ਖਿਆਲ ਆ ਉਹ ਵਧਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ ਜੀ। ਫਿਰ ਇਹਨਾਂ ਦੇ ਵਿੱਚ ਹੀ ਵਿੱਚ ਇਹਨਾਂ ਨੇ ਆਪ ਹੀ ਵਧੀ ਜਾਣਾ, ਤੁਸੀਂ ਜਿੰਨਾ ਮਰਜ਼ੀ ਤਿਆਰ ਕਰ ਲਓ ਇਹ। ਠੀਕ ਹੈ। ਵਰਮੀ ਕੰਪੋਸਟ ਹੈ, ਜਿੱਥੋਂ ਮਰਜ਼ੀ ਜਿਵੇਂ ਤੁਸੀਂ ਮੁੱਲ ਲੈਂਦੇ ਹੈਗੇ ਆ ਉਹ ਤੁਹਾਨੂੰ ਮਹਿੰਗਾ ਪੈਂਦਾ, ਇਹ ਤਾਂ ਤੁਹਾਨੂੰ ਬਹੁਤ ਸਸਤਾ ਪਊਗਾ। ਠੀਕ ਹੈ। 2 ਜਾਂ 3 ਡੈੱਗ ਬਣਾ ਲਓ ਇਹਦੇ ਵਾਧੂ ਹੈ। ਕਿਸਾਨ ਵੀਰੋ, ਮੈਨੂੰ ਉਮੀਦ ਆ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਵਧੀਆ ਜਾਣਕਾਰੀ ਮਿਲੀ ਹੋਊਗੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਆਪਾਂ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਈ ਜੀ ਉਹਨਾਂ ਨੇ ਬਹੁਤ ਆਪਾਂ ਨੂੰ ਟਾਈਮ ਦਿੱਤਾ ਜੀ, ਧੰਨਵਾਦ ਬਾਈ। ਧੰਨਵਾਦ ਜੀ ਤੁਹਾਡਾ, ਜੋ ਸਾਨੂੰ ਇੱਥੇ ਤੁਸੀਂ ਮਿਲਣ ਆਏ ਹੈਗੇ ਆ, ਅਤੇ ਤਹਿ ਦਿਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਵੀ ਤੁਸੀਂ ਇੱਥੇ ਸਾਡੀ ਇੰਟਰਵਿਊ ਲਈ ਹੈਗੀ ਆਣ ਕੇ ਤੁਸੀਂ, ਅਤੇ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਬਾਈ ਜੀ, ਧੰਨਵਾਦ।